ਇਹ ਬਾਈ ਜੀ ਕਾਪੀ ਤੇ ਮਾਰ ਕਾ 43 ਹਾਊਸ ਪਾਵਰ ਦਾ ਕੱਢਦਾ ਕਿੰਨੀ ਆ ਕੱਢਦਾ ਤਾਂ ਬਾਈ ਇਹ 50-55 ਦੇ ਬਰਾਬਰ ਹੀ ਹੈ ਬਰਾਬਰ ਕੱਢਦਾ ਹੈ ਬਿਲਕੁਲ ਕੱਢਦਾ ਜਦੋਂ ਮਰਜ਼ੀ ਕੋਈ ਵੀ ਮਤਲਬ ਇਹ ਚੈਲੰਜ ਹੈ ਇਸ ਗੱਲ ਦਾ ਕੋਈ ਐ ਨਹੀਂ ਹੈਗਾ ਵੀ ਜੇ ਆਪਾਂ ਇੱਥੇ ਖੜਾ ਕੇ ਕਹਿ ਦਈਏ ਇਹ ਚੈਲੰਜ ਹੈ 50-55 ਪਾਵਰ ਦਾ ਟਰੈਕਟਰ ਜਿਹੜਾ ਮਰਜ਼ੀ ਬਰਾਬਰ ਆ ਜੇ ਬਰਾਬਰ ਚੱਲੂਗਾ ਠੀਕ ਹੈ ਅੱਛਾ ਤੇਲ ਉਹਨਾਂ ਨਾਲੋਂ ਘੱਟ ਖਾਊਗਾ ਇਹ ਵੀ ਨਾਲ ਤਾਂ ਮੈਂ ਪੁੱਛਣ ਹੀ ਲੱਗਾ ਸੀ ਕਿ ਤੇਲ ਪੱਖੋਂ ਟਰੈਕਟਰ ਕਿਵੇਂ ਦਾ ਤੇਲ ਉਹਨਾਂ ਨਾਲੋਂ ਘੱਟ ਖਾਊਗਾ ਤੇਲ ਤਾਂ ਇਹਨਾਂ ਦਾ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਕੰਪੈਸਿਟੀ ਜੇ ਆਪਾਂ ਕੁੱਲ ਮਿਲਾ ਕੇ ਜੇ ਉਹਨਾਂ ਟਰੈਕਟਰਾਂ ਨਾਲ ਚਲਾਈਏ ਜਿੰਨਾ ਕੰਮ ਜਿੰਨੇ ਟਾਈਮ 'ਚ ਉਹ 100 ਲੀਟਰ ਚ ਖਾ ਕੇ ਕਰਨਗੇ ਉਨੇ ਟਾਈਮ ਚ ਇਹ ਮਤਲਬ 65-70 ਲੀਟਰ ਦੇ ਘੇਰੇ ਘੇਰੇ ਚ ਕਰੂ ਇੰਨਾ ਮਤਲਬ ਘਟਾ ਦਿੰਦਾ ਉਹਦੇ ਨਾਲੋਂ ਖਾਸ ਗੱਲ ਤਾਂ ਬਾਈ ਜੀ ਇਹ ਹੈ ਇਹਨੂੰ ਟਰੈਕਟਰ ਚ ਇਹ ਬੰਦਾ ਇਸ ਟਰੈਕਟਰ ਨੂੰ ਜਿੰਨੀ ਮਰਜ਼ੀ ਗਰਮੀ ਚ ਚਲਾ ਲਏ ਬੰਦੇ ਨੂੰ ਸੇਕਾ ਨਹੀਂ ਦੇਊਗਾ ਅੱਛਾ ਜਮਾ ਹੀਟ ਨਹੀਂ ਮਾਰਦਾ ਜਮਾ ਹੀਟ ਨਹੀਂ ਦੇਊਗਾ ਕਿਉਂਕਿ ਇਹ ਏਅਰ ਕੂਲਰ ਹੈ ਪਾਣੀ ਵਾਲੇ ਟਰੈਕਟਰ ਹੈ ਜਿੰਨੇ ਪੱਖੇ ਵਾਲੇ ਉਹ ਤੁਸੀਂ ਆਪ ਹੀ ਵੇਖ ਲਓ ਵੀ ਗਰਮੀ ਦੇ ਵਿੱਚ ਸੇਕਾ ਦਿੰਦੇ ਆ ਸਭ ਤੋਂ ਬੈਸਟ ਤਾਂ ਇਹਦਾ ਇਹੀ ਆ ਵੀ ਇਹ ਸੇਕਾ ਨਹੀਂ ਦਿੰਦਾ ਇਹ ਜਿਹੜਾ ਪੱਖਾ ਹੈ ਇਹ ਉਲਟ ਸਾਈਡ ਮਾਰਨੀ ਹੈ ਹਵਾ ਅੱਛਾ ਇਹ ਉਲਟ ਸਾਈਡ ਹਵਾ ਮਾਰਦਾ ਹਨਾ ਕਿ ਜਿਹੜਾ ਡਰਾਈਵਰ ਬੈਠਾ ਉਹਨੂੰ ਤੰਗ ਨਹੀਂ ਕਰੂਗਾ ਤੰਗ ਨਹੀਂ ਕਰੂਗਾ ਕੋਈ ਬੰਦੇ ਇਹਨਾਂ ਨੂੰ ਵੇਚਦੇ ਨਹੀਂ ਹੁਣ ਜੇ ਆਪਾਂ ਨੂੰ ਆਪਣੇ ਦੀ ਲਾ ਲਓ ਆਪਾਂ ਨੂੰ ਕੋਈ ਕਹਿ ਦੇ ਵੀ ਮੈਂ ਇਹਦਾ 50 ਲੱਖ ਦਿੰਦਾ ਆਪਾਂ ਤਾਂ ਵੀ ਨਹੀਂ ਦਿੰਦੇ ਠੀਕ ਹੈ ਨਾ ਉਹ ਤਾਂ ਅਗਲੇ ਤੇ ਡਿਪੈਂਡ ਹੈ ਨਾ ਜਿਹਨੇ ਹੁਣ ਮੰਗਰੂ ਹੀ ਲਾਉਣਾ ਉਹ ਤਾਂ ਲੱਖ ਸਵਾ ਲੱਖ ਚ ਹੀ ਵੇਚ ਦੂਗਾ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਅੱਜ ਬਾਈ ਜੀ ਫਿਰ ਤੋਂ ਖੜੇ ਹਾਂ ਮਾਲਵੇ ਦੇ ਖੇਤਾਂ ਦੇ ਵਿੱਚ ਬਠਿੰਡੇ ਸ਼ਹਿਰ ਦੇ ਜਮਾਂ ਕੋਲੇ ਪਿੰਡ ਹੈਗਾ ਬਾਈ ਜੀ ਹਰ ਰਾਏਪੁਰ ਅਤੇ ਟਰੈਕਟਰ ਐਵੇਂ ਦਾ ਆ ਜਿਹੜਾ ਕਿ ਮੇਰੇ ਚੈਨਲ 'ਤੇ ਆਪਾਂ ਸ਼ਾਇਦ ਪਹਿਲੀ ਵਾਰੀ ਸ਼ਾਇਦ ਨਹੀਂ ਪੱਕਾ ਪਹਿਲੀ ਵਾਰੀ ਦਿਖਾਉਣ ਲੱਗੇ ਹਾਂ ਬਾਈ ਜੀ ਕਰਲਾਸਕਰ ਅਤੇ ਇਸ ਟਰੈਕਟਰ ਬਾਰੇ ਬਾਈ ਕਿੱਸੇ ਕਹਾਣੀਆਂ ਗੱਲਾਂ ਉਹ ਜਿਹੜੀਆਂ ਨੇ ਉਹ ਬਾਈ ਜੀ ਨਾਲ ਕਰਾਂਗੇ ਅਤੇ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਅਤੇ ਅੱਜ ਆਪਾਂ ਪਿੰਡ ਖੜ੍ਹੇ ਹਾਂ ਹਰ ਰਾਏਪੁਰ ਹੈ ਨਾ ਤਿੰਨ ਕੋਣੀ ਵੀ ਕਹਿ ਦਿੰਦੇ ਆ ਹਾਂਜੀ ਜ਼ਿਲ੍ਹਾ ਬਠਿੰਡਾ ਹਾਂਜੀ ਪੰਜਾਬ ਦੇ ਵਿੱਚ ਹੈ ਨਾ ਤੇ ਆਪਣਾ ਨਾਮ ਦੱਸ ਦਿਓ ਪਹਿਲਾਂ ਸਾਡੇ ਸਾਰੇ ਵੀਰਾਂ ਨੂੰ ਮੇਰਾ ਨਾਮ ਬਲਵਿੰਦਰ ਸਿੰਘ ਹਾਂਜੀ ਤੇ ਪਿੰਡ ਹਰ ਰਾਏਪੁਰ ਤੇ ਆਪਣੇ ਤੁਹਾਡੇ ਬੇਟਾ ਜੀ ਦਾ ਮੈਨੂੰ ਫੋਨ ਆਇਆ ਸੀਗਾ ਕਿ ਬਾਈ ਸਾਡੇ ਘਰੇ ਨਾ ਖੜੇ ਆਇਆ ਹਰੇ ਰੰਗ ਦਾ ਖਰਲਾਸਕਰ ਹੈ ਹਾਂਜੀ ਹਾਂ ਉਹ ਜਾ ਹਾਂਜੀ ਬੇਟਾ ਆਪਣਾ ਖੁਸ਼ਹਾਲ ਸਿੰਘ ਆ ਉਹਦਾ ਉਹ ਹੈਗਾ ਕੈਨੇਡਾ ਠੀਕ ਆ ਜੀ ਤੇ ਇਹ ਜ਼ਿਆਦਾਤਰ ਤਾਂ ਉਸੇ ਦੀ ਬਦੌਲਤੀ ਹੈ ਅੱਛਾ ਇਹ ਮਤਲਬ ਉਹਨੂੰ ਜ਼ਿਆਦਾ ਮੋਹ ਆ ਇਸ ਟਰੈਕਟਰ ਨਾਲ ਬਾਈ ਨੂੰ ਹਾਂਜੀ ਹਾਂਜੀ ਵੈਸੇ ਤਾਂ ਸਾਰਿਆਂ ਨੂੰ ਹੀ ਹੈ ਹਾਂਜੀ ਤੇ ਵੀ ਜ਼ਿਆਦਾ ਆਪਾਂ ਨੂੰ ਐ ਨਹੀਂ ਹੈਗਾ ਵੀ ਸਾਰਿਆਂ ਜੋ ਇਹਨੂੰ ਕਰਦਾ ਅੱਛਾ ਸਭ ਤੋਂ ਵੱਧ ਪਸੰਦ ਇਹਨੂੰ ਕਰਦਾ ਹਨਾ ਤੇ ਤੁਸੀਂ ਕਿਹਨੂੰ ਪਸੰਦ ਕਰਦੇ ਹੋ ਸਭ ਤੋਂ ਵੱਧ ਆਪਣੀ ਪਸੰਦ ਵੀ ਇਹੀ ਹੈ ਤੁਹਾਡੀ ਵੀ ਇਹੀ ਆ ਵੈਸੇ ਘਰੇ ਕਿੰਨੇ ਟਰੈਕਟਰ ਨੇ ਹੁਣ ਤਿੰਨ ਟਰੈਕਟਰ ਹੈ ਅੱਛਾ ਇੱਕ ਜੌਂਡੀਅਰ ਕੇ ਤੇ ਇੱਕ ਸੋਨਾਲੀਕਾ ਠੀਕ ਹੈ ਜੀ ਤੇ ਪਹਿਲਾਂ ਤਾਂ ਤੁਹਾਡਾ ਆਪਾਂ ਭੁੱਲ ਗਏ ਸੀਗੇ ਇੱਥੇ ਆਉਣ ਤੇ ਬਹੁਤ-ਬਹੁਤ ਸਵਾਗਤ ਆ ਧੰਨਵਾਦ ਜੀ ਹਾਂਜੀ ਹਾਂਜੀ ਤੇ ਇਹ ਟਰੈਕਟਰ ਜਿਹੜਾ ਇਹ ਸਭ ਤੋਂ ਪੁਰਾਣਾ ਹੈ ਜੇ ਤੇ ਇਹਨਾਂ ਦੀ ਗੱਲ ਕਰੀਏ ਪੁਰਾਣਾ ਜੀ ਇਹ 81 ਮਾਡਲ ਹੈ ਅੱਛਾ 4006 ਕੇ ਹੈ ਹਾਂ ਡਿਊਸ ਦਾ ਇਹ ਅੱਜੀ ਤੇ ਇਹ 81 ਮਾਡਲ ਹੈ ਹਾਂ ਤੇ ਇਹਦੇ ਬਰੋਬਰ ਕਿਹੜਾ-ਕਿਹੜਾ ਟਰੈਕਟਰ ਹੁਣ ਤੱਕ ਰੱਖ ਕੇ ਦੇਖ ਲਿਆ ਹੁਣ ਤੀਕਰ ਬਾਈ ਜੀ ਟਰੈਕਟਰ ਮੈਨੂੰ ਐਂ ਲੱਗਦਾ ਵੀ ਤਕਰੀਬਨ ਆਪਾਂ ਮੇਰੇ ਹਿਸਾਬ ਦੇ ਵਿੱਚ ਤਾਂ ਫੋਰਡ ਅਸੀਂ ਪਹਿਲਾਂ ਹਿੰਦੁਸਤਾਨ ਵੀ ਰੱਖਿਆ ਫਿਰ 911 ਦੋ ਵਾਰੀ ਰੱਖ ਲਿਆ ਫੋਰਡ ਵੀ ਰੱਖ ਲਿਆ ਔਰ ਹੁਣ ਤਾਂ ਦੋ ਹੈਗੇ ਐ ਅੱਛਾ ਮਹਿੰਦਰਾ ਵੀ ਰੱਖ ਲਿਆ ਅਸ਼ਕੇ ਤੇ ਸਾਰਿਆਂ ਤੋਂ ਵਧੀਆ ਮਤਲਬ ਕਿ ਵੀ ਬੈਸਟ ਆਪਣੇ ਕੋਲ ਇਹੀ ਆਪਣੇ ਪਸੰਦ ਸੀ ਤੇ ਉਹਦੇ ਦਾ ਆਪਣੇ ਕੋਲ ਹੀ ਹੈ ਵੈਸੇ ਇਹ ਟਰੈਕਟਰ ਇਦਾਂ ਦਾ ਬਾਈ ਜੀ ਭਾਵੇਂ ਦੁਆਬੇ ਦੀ ਗੱਲ ਕਰ ਲਓ ਮਾਝੇ ਦੀ ਗੱਲ ਕਰ ਲਓ ਮਾਲਵੇ ਦੀ ਗੱਲ ਕਰ ਲਓ ਇਹ ਟਰੈਕਟਰ ਬਹੁਤ ਘੱਟ ਦੇਖਣ ਨੂੰ ਮਿਲਦਾ ਈਵਨ ਸਾਡੇ ਪਿੰਡ ਵੀ ਜਿਹੜਾ ਖੜਿਆ ਹੋਇਆ ਇਸ ਟਾਈਮ ਇਹ ਟਰੈਕਟਰ ਜਿਹੜੇ ਬਾਈ ਕੋਲੇ ਆ ਉਹਦੀ ਹਾਲਤ ਇੰਨੀ ਕੁ ਵਧੀਆ ਹੈ ਨਹੀਂ ਜਿੰਨੀ ਇਹਦੀ ਆ ਇਹ ਤੁਸੀਂ ਇਹਦੇ ਨਾਲ ਦੇ ਹੁਣ ਤੱਕ ਕਿੰਨੇ ਕੁ ਦੇਖ ਲਏ ਬਾਈ ਪਿੰਡਾਂ 'ਚ ਸਾਂਭ ਕੇ ਰੱਖਿਓ ਆ ਟਰੈਕਟਰ ਬਾਈ ਜੀ ਸਾਡੇ ਏਰੀਏ ਦੇ ਵਿੱਚ ਇਹ 3 ਟਰੈਕਟਰ ਸੀ ਜਦੋਂ ਇਹ ਤੁਹਾਡੇ ਕੋਲੇ ਆਇਆ ਸੀ ਸਾਡੇ ਕੋਲੇ ਆਇਆ ਸੀ ਅੱਛਾ ਇੱਕ ਖਿਆਲੀ ਵਾਲਾ ਪਿੰਡ ਆ ਸਾਡੇ ਤੋਂ 5-7 ਕਿਲੋਮੀਟਰ ਦੂਰੀ ਤੇ ਹੈ ਉਹਨਾਂ ਨੇ ਸ਼ਾਇਦ ਵੇਚ ਬੂਝ ਦਿੱਤਾ ਔਰ ਇੱਕ ਇਹ ਆਪਣੇ ਕੋਲੇ ਹੈ ਤੇ ਇੱਕ ਹੈਗਾ ਮਹਿਮੇ ਸਰ ਜੀ ਉਹ ਵੀ ਮੈਨੂੰ ਐ ਲੱਗਦਾ ਵੀ ਸ਼ਾਇਦ ਉਹਨਾਂ ਨੇ ਵੇਚ ਬੂਝਤਾ ਹੋਵੇ ਤਾਂ ਠੀਕ ਹੈ ਕਿਉਂਕਿ ਉਹਦੀ ਹਾਲਤ ਥੋੜੀ ਜਿਹੀ ਖਸਤਾ ਹੀ ਸੀ ਕਿਉਂਕਿ ਲੋਕ ਇਸੇ ਗੱਲੋਂ ਇਹਨੂੰ ਛੱਡ ਦਿੰਦੇ ਸੀ ਬਾਈ ਯਾਰ ਸਮਾਨ ਨਹੀਂ ਮਿਲਦਾ ਇਹਨਾਂ ਦਾ ਹੈ ਕਿ ਤੋੜ ਭੰਨ ਬਾਹਲੀ ਕਰਦੇ ਨੇ ਕਿ ਇਸ ਕਰਕੇ ਵੇਚ ਦਿੰਦੇ ਸੀਗਾ ਤੁਸੀਂ ਕਾਹਤੋਂ ਨਹੀਂ ਵੇਚਿਆ ਫੇ ਵੇਚਿਆ ਤਾਂ ਫਿਰ ਇਸ ਤਰ੍ਹਾਂ ਹੀ ਸੀ ਨਾ ਬਾਈ ਜੀ ਇੱਕ ਤਾਂ ਸਾਨੂੰ ਆਪ ਨੂੰ ਨੌਲੇਜ ਸੀ ਇਹਦੇ ਬਾਰੇ ਜਿਹੜੀ ਮੇਨ ਗੱਲ ਆ ਗਈ ਕਿਉਂਕਿ ਜਿਹੜੇ ਇਹਦੇ ਮਿਸਤਰੀ ਆ ਨਾ ਜ਼ਿਆਦਾਤਰ ਹਾਂਜੀ ਮਿਲਦੇ ਨਹੀਂ ਸੀਗੇ ਇਹਦਾ ਪਾਰਟਸ ਨਹੀਂ ਪਹਿਲਾਂ ਮਿਲਦਾ ਸੀਗਾ ਤੇ ਸਾਡਾ ਸਿਸਟਮ ਇਹ ਸੀਗਾ ਵੀ ਅਸੀਂ ਉਹਨਾਂ ਕੁ ਪਾਰਟਸ ਤਾਂ ਘਰੇ ਰੱਖਦੇ ਸੀ ਹਜੇ ਵੀ ਪਿਆ ਹੋਣਾ ਕੁਛ ਨਾ ਕੁਛ ਇਹਦਾ ਠੀਕ ਹੈ ਕਿ ਨਹੀਂ ਤੇ ਉਸ ਤੋਂ ਬਾਅਦ ਫਿਰ ਅਸੀਂ ਐਂਟਰ ਦਾ ਹਿੱਸਾ ਲਵਾ ਲਿਆ ਐਂਟਰ ਤੋਂ ਮਗਰੋਂ ਫਿਰ ਹੁਣ ਸਾਈਡ ਗੇਅਰ ਰਿਵਰਸ ਪੀਡੀਓ ਤੇਲ ਵਾਲੀਆਂ ਬ੍ਰੇਕਾਂ ਸੋਨਾਲੀਕਾ 60 ਦੀਆਂ ਵਿਦ ਡਿਸਟ੍ਰੀਬਿਊਟਰ ਅੱਛਾ ਹੁਣ ਮਗਰੋਂ ਸੋਨਾਲੀਕਾ ਬਣਾਤਾ ਇਹ ਹੈ ਨਾ ਟੋਟਲ ਫਰਾਈ ਵੀਲ ਤੋਂ ਲੈ ਕੇ ਠੀਕ ਹੈ ਜੀ ਫਰਾਈ ਵੀਲ ਦੇ ਦੋ ਨੇ ਹੁਣ ਅੱਛਾ ਇੱਕ 36 ਵਾਲਾ ਔਰ ਇੱਕ ਇਹਦਾ ਆਪਦਾ ਖੋਦਾ ਰਹਿਣ ਵਾਲਾ ਉਹਦੇ ਵਿੱਚ ਪਾ ਕੇ ਉਹਦਾ ਕੀ ਕਰਕੇ ਜਗੜ ਸਾਰਾ ਓਕੇ ਹੈ ਬਾਕੀ ਆ ਜੋੜ ਜਾੜ ਸੁਣੋ ਕੋਈ ਬੰਦਾ ਆਪਾਂ ਨੂੰ ਇਹਦੇ ਚ ਪਛਾਣ ਮੈਂ ਉਹ ਹੀ ਕਹਿੰਦਾ ਜਦੋਂ ਦੂਰੋਂ ਖੜੇ ਸੀ ਆਇਆ ਜੱਜ ਜਿਹਾ ਨਹੀਂ ਹੁੰਦਾ ਸੀ ਹਨਾ ਕਿ ਯਾਰ ਇਹ ਬਦਲਿਆ ਹੋਇਆ ਕੁਛ ਇਹਦਾ ਸਾਡੇ ਨਾ ਮਿਸਤਰੀ ਬਾਈ ਜੀ ਸੇਖੇ ਗਲੋਂ ਤੋਂ ਬਾਈ ਰਾਜਾ ਹਾਂਜੀ ਬਹੁਤ
ਫੇਮਸ ਆ ਲੋਕਾਂ ਦਾ ਉਹ ਬੰਦਾ। ਹਾਂਜੀ ਤੇ ਜੇ ਅੱਜ ਵੀ ਤੁਸੀਂ ਜਾਓਗੇ ਨਾ ਜਿਵੇਂ ਹੁਣ ਅੱਜ ਆਫਲਾਈਨ ਹੈ ਆਪਾਂ ਕਹਿ ਦਿੰਦੇ ਸੀਜ਼ਨ ਆਫ ਹੈ, ਹਾਂਜੀ ਅੱਜ ਵੀ ਉਹਦੇ ਕੋਲੇ ਨਾਂ ਵਾਲਾ ਤਾਂ ਮੈਨੂੰ ਲੱਗਦਾ ਵੀ 35-40 ਟਰੈਕਟਰ ਖੜੇ ਹੋਣਗੇ। ਅੱਛਾ ਕਿ ਇਹਨਾਂ ਨਾਂ ਚੱਲਦਾ ਹੈ ਬਾਈ ਉਸ ਬੰਦੇ ਦਾ, ਹਾਂ ਚੱਲਦਾ ਨਕੋਦਰ ਨਕੋਦਰ ਤੱਕ ਦੇ ਟਰੈਕਟਰ ਆਉਂਦੇ ਨੇ ਬੰਦੇ ਕੋਲੇ, ਮੋਗਾ ਮਗਾ ਤਾਂ ਆਮ ਗੱਲ ਹੀ ਹੈ। ਤੇ ਉਹ ਬੰਦੇ ਦੀ ਇਹ ਸਾਰੀ ਕਾਰਾਗਰੀ ਹੈ ਬਾਈ, ਉਹਦੇ ਤੋਂ ਆਪਾਂ ਇਹ ਸਾਰਾ ਮਤਲਬ ਕਿ ਵੀ ਜਿਵੇਂ ਪਾਵਰ ਸਟੀਅਰਿੰਗ ਸਾਰਾ ਪਿਛਲਾ ਜੋ ਵੀ ਸੈਟਿੰਗ ਹੋਈ ਹੈ ਉਹ ਕੰਮ ਤਾਂ ਉਸੇ ਤੋਂ ਹੁੰਦਾ ਹੈ। ਅੱਛਾ ਮੋਡੀਫਿਕੇਸ਼ਨ ਸਾਰੀ ਉਸੇ ਬਾਈਕ ਕੋਲੋਂ ਕਰਾ ਲਈ ਹਨਾ। ਵੈਸੇ ਕਿੰਨੇ ਹਾਰਸ ਪਾਵਰ ਟਰੈਕਟਰ ਹੈਗਾ ਆ ਇਹ ਬਾਈ ਜੀ? ਕਾਪੀ ਦੇ ਮਾਰਕ 43 ਹਾਰਸ ਪਾਵਰ ਦਾ ਕੱਢਦਾ ਕਿੰਨੀ ਆ? ਕੱਢਦਾ ਤਾਂ ਬਾਈ ਇਹ 50-55 ਦੇ ਬਰਾਬਰ ਹੀ ਹੈ, ਬਰਾਬਰ ਕੱਢਦਾ ਹੈ, ਬਿਲਕੁਲ ਕੱਢਦਾ ਜਦੋਂ ਮਰਜ਼ੀ ਕੋਈ ਵੀ ਮਤਲਬ ਕਿ ਚੈਲੰਜ ਹੈ ਇਸ ਗੱਲ ਦਾ, ਕੋਈ ਐ ਨਹੀਂ ਹੈਗਾ ਵੀ ਜੇ ਆਪਾਂ ਇੱਥੇ ਖੜਾ ਕੇ ਕਹਿ ਦਈਏ, ਇਹ ਚੈਲੰਜ ਹੈ 50-55 ਪਾਵਰ ਦਾ ਟਰੈਕਟਰ ਜਿਹੜਾ ਮਰਜ਼ੀ ਬਰਾਬਰ ਆ ਜੇ ਬਰਾਬਰ ਚੱਲੂਗਾ। ਆਮ ਅਸੀਂ ਤੂੜੀ ਵਾਲੀ ਤੇ ਜਿਵੇਂ ਆਪਾਂ ਕਹਿ ਦਿੰਦੇ ਆ ਦੇ ਸੌਰੀ ਹਾਂਜੀ ਕੰਪਿਊਟਰ ਗ੍ਰਾਹ ਤੇ, ਹਾਂਜੀ ਉਹਦੇ ਤੇ ਅਸੀਂ ਆਮ ਹੀ ਚਲਾਇਆ ਇਹ ਆਮ ਹੀ, ਹਾਂ ਆਮ ਹੀ ਚੱਲਦਾ। ਜਿਵੇਂ ਆਪਣਾ ਆਪਣਾ ਹੋ ਗਿਆ ਰੋਟਾਵੇਟਰ ਹੋ ਗਿਆ ਸਾਡੇ ਕੋਲੇ ਆਪਦਾ 8 ਫੁੱਟ ਹੈ, ਵਧੀਆ ਚੱਲਦਾ ਕੋਈ ਚੱਕਰ ਨਹੀਂ। ਸੁਪਰ ਸੀਡਰ ਤੇ ਵਧੀਆ ਤੂੜੀ ਵਾਲੀ ਮਸ਼ੀਨ ਤੇ ਵੀ ਜਦੋਂ ਜੀ ਕਰਦਾ ਲਾ ਲਈਦਾ। ਅੱਛਾ ਪਰ ਚਲੋ ਐ ਆ ਵੀ ਥੋੜਾ ਜਿਹਾ ਊਂ ਇਹਨੂੰ ਐ ਰੱਖਦੇ ਆ ਵੀ ਯਾਰ ਲਿਬੜ ਲੋਬੜਨਾ ਬੜਾ ਜਾਵੇ। ਅੱਛਾ ਤੇ ਸਾਈਡ ਤੇ ਰੱਖੀ। ਅੱਛਾ ਬਾਲਾ ਮਤਲਬ ਕਿ ਬਚਾ ਕੇ ਜੇ ਰੱਖਦੇ ਹੋ ਹਨਾ, ਕੰਮ ਸਾਰਾ ਟੋਟਲ ਇਸੇ ਤੋਂ ਹੀ ਲਈਦਾ ਹੈ। ਕੰਮ ਮਤਲਬ ਸਾਰਾ ਘਰ ਦਾ ਕੰਮ ਇਤੋਂ ਲੈਂਦੇ ਹੋ ਹਨਾ? ਵੈਸੇ ਤੂੰ ਕਸ ਵੀ ਇਹੀ ਕਰਦਾ। ਹਾਂ ਹਾਂ ਅੱਛਾ ਅੱਛਾ ਕੱਦੂ ਵੀ ਇਹ ਕਰਦਾ ਹੈ ਹੈ। ਅੱਛਾ ਜੇ ਮੰਨ ਲਾ ਆਪਾਂ ਗੱਲ ਕਰ ਲਈਏ ਬਾਪੂ ਜੀ, ਜੇ ਨਾ ਇਹਦੇ ਬਰੋਬਰ 50-55 ਹਾਰਸ ਪਾਵਰ ਆਪਾਂ ਕੋਈ ਖੜਾ ਕਰ ਦਈਏ ਟਰੈਕਟਰ, ਹਾਂਜੀ ਹਾਂਜੀ, ਇਹਦੇ ਤੇ ਉਹਦੇ ਇੰਜਣ 'ਚ ਫਰਕ ਕੀ ਹੋਊਗਾ? ਮੰਨ ਲਓ ਆਪਾਂ ਕੋਈ ਹੋਲੈਂਡ ਖੜਾ ਕਰ ਦਈਏ ਇਹਦੇ ਬਰੋਬਰ, ਇਹਦੇ ਇੰਜਣ 'ਚ ਉਹਦੇ ਨਾਲੋਂ ਖਾਸ ਗੱਲ ਕਿਹੜੀ ਆ? ਖਾਸ ਗੱਲ ਤਾਂ ਬਾਈ ਜੀ ਇਹ ਹੈ, ਇਹਨੂੰ ਟਰੈਕਟਰ 'ਚ ਇਹ ਬੰਦਾ ਇਸ ਟਰੈਕਟਰ ਨੂੰ ਜਿੰਨੀ ਮਰਜ਼ੀ ਗਰਮੀ 'ਚ ਚਲਾ ਲਏ ਬੰਦੇ ਨੂੰ ਸੇਕਾ ਨਹੀਂ ਦੇਊਗਾ। ਅੱਛਾ ਜਮਾਂ ਹੀਟ ਨਹੀਂ ਮਾਰਦਾ? ਜਮਾਂ ਹੀਟ ਨਹੀਂ ਦੇਊਗਾ ਕਿਉਂਕਿ ਇਹ ਏਅਰ ਕੂਲਰ ਹੈ, ਪਾਣੀ ਵਾਲੇ ਟਰੈਕਟਰ ਹੈ, ਜਿੰਨੇ ਪੱਖੇ ਵਾਲੇ ਉਹ ਤੁਸੀਂ ਆਪ ਹੀ ਵੇਖ ਲਓ ਵੀ ਗਰਮੀ ਦੇ ਵਿੱਚ ਸੇਕਾ ਦਿੰਦੇ ਆ। ਸਭ ਤੋਂ ਬੈਸਟ ਤਾਂ ਇਹਦਾ ਇਹੀ ਆ ਵੀ ਇਹ ਸੇਕਾ ਨਹੀਂ ਦਿੰਦਾ, ਇਹ ਜਿਹੜਾ ਪੱਖਾ ਹੈ ਉਲਟ ਸਾਈਡ ਮਾਰਨੀ ਹੈ। ਅੱਛਾ ਇਹ ਉਲਟ ਸਾਈਡ ਹਵਾ ਮਾਰਦਾ ਹਨਾ, ਕਿ ਜਿਹੜਾ ਡਰਾਈਵਰ ਬੈਠਾ ਉਹਨੂੰ ਤੰਗ ਨਹੀਂ ਕਰੂਗਾ? ਤੰਗ ਨਹੀਂ ਕਰੂਗਾ। ਦੂਸਰੀ ਗੱਲ ਇਹ ਸਾਊਂਡ ਪ੍ਰੂਫ ਹੈ ਟਰੈਕਟਰ, ਚਲੋ ਅੱਜ ਤਾਂ ਸਲੈਂਸਰ ਬਦਲਿਆ ਹੋਇਆ, ਜਦੋਂ ਆਪ ਦਾ ਸਲੈਂਸਰ ਰਹੀ ਨਾਲ ਲੱਗ ਜਾਂਦਾ ਨਾ ਇਹ ਆਵਾਜ਼ ਨਹੀਂ ਕਰੂਗਾ ਬਾਲੀ। ਅੱਛਾ ਫੇਰ ਹੋਊਗਾ ਜਾਂ ਟਰੈਕਟਰ ਜਾਂ ਫੇਰ ਇਹ ਕਾਰ ਆ? ਹਾਂ ਦੂਸਰਾ ਜਿਵੇਂ ਹੁਣ ਜਿੱਥੋਂ ਦੀ ਮਰਜ਼ੀ ਸਿੜ ਦੋ ਮੋਟੇ ਹੱਡ ਆ, ਕੋਈ ਐਂ ਥੋੜਾ ਗਾ ਵੀ ਕੋਈ ਹੱਲ ਜੂ ਕਿਸੇ ਪਾਸਿਓਂ। ਅੱਛਾ ਜਿਵੇਂ ਹੁਣ ਆਮ ਆਪਾਂ ਖਾਲਿਆਂ ਖੂਲਿਆਂ ਬੀਜ ਦੀ ਟਪਾਉਣਾ ਕੋਈ ਚੱਕਰ ਨਹੀਂ, ਜਿਵੇਂ ਮਰਜ਼ੀ। ਅੱਛਾ ਚਲੋ ਹੱਡਾਂ ਪੈਰਾਂ ਦਾ ਟਰੈਕਟਰ ਮਜ਼ਬੂਤ ਆ ਹਨਾ, ਤੁਹਾਡੇ ਸਾਹਮਣੇ ਆ ਜੀ ਵੀਡੀਓ ਦੇ ਜ਼ਰੀਏ ਤੁਸੀਂ ਵੇਖ ਵੀ ਸਕਦੇ ਹੋ ਸਾਰੇ ਮੋਟੇ ਹੱਡ ਨੇ। ਕਿ ਵਿੱਕੀ ਇੱਕ ਵਾਰੀ ਨੇੜੇ ਆ ਕੇ ਇੰਜਣ ਕੰਨੀ ਉਹ ਦਿਖਾਈ ਟਰੈਕਟਰ ਕਿ ਇੰਜਣ ਕੰਨੀ ਉਹ ਟਰੈਕਟਰ ਬੜਾ ਸੁੱਕਾ ਜਿਹਾ ਆ, ਸੁੱਕਾ ਜਿਹਾ ਹਨਾ, ਕਿ ਜਮਾਂ ਇੱਕ ਬੂਦ ਨਹੀਂ ਡੁੱਲਦੀ ਕਿਸੇ ਪਾਸੇ ਉਵੇਂ ਦਾ ਆ। ਪਹਿਲਾਂ ਸਾਡੇ ਬਜ਼ੁਰਗਾਂ ਨੇ ਚਲਾਇਆ ਇਹਨਾਂ ਨੇ, ਹਾਂਜੀ, ਉਸ ਤੋਂ ਬਾਅਦ ਚ ਅਸੀਂ ਹੁਣ ਸਾਡੇ ਬੱਚੇ। ਇਹਦਾ 81 ਮਾਡਲ ਆ। ਅੱਛਾ ਇਹਦਾ ਇੱਕ ਸਪੈਂਡਲ ਸਾਡੇ ਤੋਂ ਆ ਹੁਣ ਪਿੱਛੇ ਜੇ ਟੁੱਟਿਆ ਨਹੀਂ, ਹੋਰ ਇਹਦਾ ਸਪੈਂਡਲ ਤੱਕ ਨਹੀਂ ਹਜੇ ਦਿੱਕਰ ਹਲਿਆ, ਇੰਨੇ ਮੋਟੇ ਹੱਡ ਲੈ ਕੇ ਹੁਣ ਤੱਕ ਇੱਕ ਸਪੈਂਡਲ ਹੁਣ ਤੋੜਿਆ, ਇੱਕ ਤੋੜਿਆ ਉਹ ਵੀ ਆ ਜਦੋਂ ਹੁਣ ਪਾਵਰ ਹੋ ਕੇ ਆਇਆ ਨਾ, ਹਾਂਜੀ ਥੋੜਾ ਇੱਕ ਸਾਈਡ ਤੇ ਡਿੱਗ ਪਿਆ ਸੀ ਉਹਦਾ ਕਰਕੇ ਹੋਇਆ। ਅੱਛਾ ਕੋਈ ਚੱਕਰ ਨਹੀਂ, ਨਾਲ ਦਾ ਤੇ ਜਿਹੜਾ ਪੰਪ ਆ ਇਹਦਾ ਨਾਲ ਦਾ ਪੰਪ ਵੀ ਨਾਲ ਦਾ ਹੈ, ਤੇ ਜਦੋਂ ਇਹਨੂੰ ਮਿਸਤਰੀ ਕੋਲ ਲੈ ਕੇ ਜਾਂਦੇ ਹੋ ਉਦੋਂ ਲੈ ਕੇ ਹੁਣ ਤੱਕ ਆਪਾਂ ਕਹਿ ਦਈਏ ਇਹਦਾ ਕੰਮ, ਕਹਿ ਦਈਏ ਕਿ ਹੁਣ ਤੱਕ ਬਦਲਿਆ ਕਿਆ ਹੋਇਆ ਜਿਹੜਾ ਆਪਾਂ ਪਿਛਲੇ ਸਾਨੂੰ ਛੋਟ ਤੱਕ ਇੰਜਣ ਵਾਲੇ ਪਾਸਿਓਂ ਕਹਿ ਦਈਏ ਉਹਨੂੰ ਛੱਡ ਦਈਏ ਜੀ? ਵੇਖੋ ਜੀ ਫਰਾਈ ਵੀਲ ਤੋਂ ਲੈ ਕੇ ਅੱਗੇ ਕੁਛ ਨਹੀਂ ਬਦਲਿਆ ਗਿਆ, ਇਹਦਾ ਹੁਣ ਤੱਕ ਓਰੀਜਨਲ ਆਲ ਓਰੀਜਨਲ ਟਰੈਕਟਰ ਹੈ। ਅੱਛਾ ਚਲੋ ਜਿਵੇਂ ਆਪਾਂ ਕਹਿ ਦਿੰਦੇ ਆ ਆਪਾਂ ਇੰਜਣ ਨੂੰ ਰੀਨਿਊ ਕਰਾਉਣੇ ਆ ਦੁਬਾਰਾ, ਹਾਂਜੀ ਹਾਂਜੀ ਹਾਂਜੀ, ਉਹ ਗੱਲ ਤਾਂ ਹੈਗੀ ਹੈ ਵੀ ਇੰਜਣ ਇਹਦਾ ਹੋਇਆ ਹੁਣੀ ਹੋ ਕੇ ਆਏਗਾ। ਅੱਛਾ ਵੀ ਹੋਰ ਆਪਾਂ ਜਿਹੜੇ ਪਾਰਟਸ ਕਹਿ ਸਕਦੇ ਆ ਸਾਰੇ ਓਰੀਜਨਲ ਨੇ, ਮੋਰਲੇ ਰਿੰਬਾਂ ਤੋਂ ਲੈ ਕੇ ਸਾਰਾ ਟੋਟਲ ਸਮਾਨ ਇਹਦਾ ਓਰੀਜਨਲ, ਟੈਂਕੀ ਮਗਰਾੜ ਵਗੈਰਾ ਸਾਰਾ ਕੁਝ ਓਰੀਜਨਲ ਹੈ ਇਹਦੇ। ਪਿੱਛੇ ਆਪਣਾ ਜੋ ਬਦਲਿਆ ਉਹ ਤੁਹਾਡੇ ਸਾਹਮਣੇ, ਉਹ ਸਾਰਾ ਹੀ ਬਦਲਿਆ ਕਿਉਂਕਿ ਸਾਰਿਆਂ ਦਾ ਲਾਂਭਾ ਹੁੰਦਾ ਸੀ ਬਾਈ, ਇਹ ਹਿੱਸਿਆਂ ਨੂੰ ਲੈ ਕੇ ਬੜਾ ਲਾਂਭਾ ਹੁੰਦਾ ਸੀਗਾ ਹਨਾ, ਉਹ ਲਾਤਾ ਉਹ ਲਾਤਾ ਉਹ ਲਾ ਤੇ ਬਾਕੀ ਇਹਦੇ ਇੰਜਣ ਕੰਨੀ ਉਹ ਆ ਜੀ, ਲੱਗਦਾ ਕਿ ਮਿਸਤਰੀ ਕੋਲੇ ਖੜਾ ਕਰਦੇ ਆ ਤੇ ਬਾਈ ਜੀ ਆਹ ਛੋਟਾ ਜਿਹਾ ਨੁਕਸਾਨ ਜਾ ਭੰਨ ਤੋੜ ਕਰਦਾ ਕਿਸੇ ਪਾਸੇ ਨਹੀਂ, ਕੁਝ ਨਹੀਂ ਹੈਗਾ ਇੰਜਣ ਕੰਨੀ ਕੋਈ ਨਹੀਂ, ਕਿਉਂਕਿ ਵੇਖੋ ਨਾ ਜੀ ਕਲਾਸ ਕਰਦਾ ਨਾਂ ਅੱਜ ਵੀ ਚੱਲਦਾ ਹੈ ਤੇ ਪਹਿਲਾਂ ਵੀ ਚੱਲਦਾ ਸੀ। ਕਲਾਸ ਕਰਦੇ ਜਿੰਨੇ ਵੀ ਟਰੈਕਟਰ ਤੁਸੀਂ ਆ ਵੇਖੋ ਸਵਰਾਜ ਚ ਆਏ ਕਿੰਨੇ ਫੇਮਸ ਹੋਏ ਲੋਕਾਂ ਦੇ, ਬਿਲਕੁਲ ਉਹੀ ਸਿਸਟਮ ਹੈ, ਇਹ ਤਾਂ ਖੁਦ ਕਲਾਸ ਕਰਦਾ ਤਿਆਰ ਕੀਤਾ ਹੋਇਆ ਤੇ ਫਿਰ ਫੇਮਸ ਹੋਣਾ ਹੀ ਹੋਣਾ। ਹਾਂ ਹਾਂਜੀ ਜਿਹੜੇ ਬੰਦਿਆਂ ਕੋਲ ਸਾਂਭੀ ਨਹੀਂ ਗਿਆ, ਸਾਨੂੰ ਲੱਗਦਾ ਕਿ ਬਾਈ ਆਹ ਚੀਜ਼ ਕਰਕੇ ਬੰਦੇ ਨੂੰ ਪਸੰਦ ਨਹੀਂ ਆਈ ਜਾਂ ਸਾਂਭੇ ਨਹੀਂ ਗਏ, ਇਸ ਗੱਲੋਂ ਸਾਂਭੇ ਲੋਕਾਂ ਤੋਂ ਬਾਈ ਜੀ ਇਹੀ ਪ੍ਰੋਬਲਮ ਸੀ ਨਾ, ਇੱਕ ਤਾਂ ਹਿੱਸਾ ਕਮਜ਼ੋਰ ਕਾਰਨ ਨਹੀਂ ਸੰਭਾਲੇ ਗਏ, ਦੂਸਰੀ ਮਿਸਤਰੀਆਂ ਦੀ ਪ੍ਰੋਬਲਮ ਸੀ, ਇਹਨੂੰ ਹਰੇਕ ਮਿਸਤਰੀ ਹੱਥ ਨਹੀਂ ਪਾਉਂਦਾ, ਇਹ ਉਹ ਟਰੈਕਟਰ ਆ ਹਾਂਜੀ। ਹਾਂ ਜਿਹੜਾ ਕੰਮ ਕਰਦੇ ਜਿਹੜੇ ਮਿਸਤਰੀ ਆਪਣੇ ਪਾਣੀ ਵਾਲੇ ਟਰੈਕਟਰ ਬਣਦੇ ਆ, ਹਾਂਜੀ ਉਹ ਮਿਸਤਰੀ ਕਦੇ ਵੀ ਕਾਮਯਾਬ ਨਹੀਂ ਹੁੰਦਾ। ਅੱਛਾ ਇਹਨੂੰ ਮਿਸਤਰੀ ਵੀ ਧੱਕ
ਮਿਸਤਰੀ ਨਹੀਂ ਦਿਮਾਗਦਾਰ ਜਿਹੜਾ ਇਹਦੇ ਕੰਮ ਕਰਦਾ ਉਹੀ ਹੋਣਾ ਚਾਹੀਦਾ। ਅੱਛਾ, ਇਹ ਜਿਹੜੇ ਪੈਸਟਮ ਹੈ, ਪੈਸਟਮ ਦੇ ਵਿੱਚ ਗੁੰਮਾ ਹੁੰਦਾ ਸਾਡੇ ਟੋਆ। ਅੱਛਾ, ਉਹ ਬਣਦੇ ਆ ਟਰੈਕਟਰਾਂ ਨੂੰ, ਇਹਨੂੰ ਪਾਣੀ ਵਾਲੇ ਹਿਸਾਬ ਤੇ। ਇਹ ਪਾਣੀ ਵਾਲੇ ਹਿਸਾਬ ਤੇ ਨਹੀਂ ਚੱਲਦਾ, ਇਹ 65 mm ਤੇ ਵੱਜਦਾ ਇਹਦਾ ਸਾਈਜ਼ ਰੱਖ ਕੇ ਹੈਡ ਦਾ। ਹਾਂਜੀ, ਫਿਰ ਜਾ ਕੇ ਜਿੱਥੇ ਮਰਜ਼ੀ ਚਲਾ ਦਿਓ, 60 ਤੋਂ ਵੱਧ ਜੇ ਉਹ ਮੇਰੀ ਜ਼ਿੰਮੇਵਾਰੀ ਹੋਊਗੀ। ਅੱਛਾ, ਜਾਂ ਮੈਨੂੰ ਕੋਲੇ ਖਿਲਾਰ ਕੇ ਬੰਦਾ ਬਣਾ ਦੇ ਬਣਾ ਕੇ। ਕਿ ਮਤਲਬ ਇਹਨੂੰ ਆਪ ਨਾਲ ਲਿਜਾਣਾ ਪੈਣਾ ਟਰੈਕਟਰ ਦੇ, ਹੈ ਫਿਰ ਨਾਲ ਜਾ ਕੇ ਦੱਸਾਂਗੇ ਤਾਂ ਫਿਰ ਮਿਸਤਰੀ ਕੋਲੇ ਬਹਿ ਕੇ ਕੰਮ ਕਰਾਵਾਂਗੇ। ਜਿਹੜੇ ਘੈਂਟ ਮਿਸਤਰੀ ਉਹਨੂੰ ਨਹੀਂ ਬਾਈ ਜੀ। ਹਾਂ, ਅੱਛਾ ਮੇਰੇ ਉਹਨਾਂ ਨੂੰ ਸਲਾਮ ਹੈ, ਪਰ ਜਿਹੜੇ ਨਵੇਂ ਮੁੰਡੇ ਪਾਣੀ ਵਾਲੇ ਉਹ ਨਹੀਂ ਇਹਨੂੰ ਬਣ ਸਕਦੇ। ਕਿ ਜਿਹਨੂੰ ਕਹਿ ਦਿਆ ਜਿੰਨਾ ਟਰੈਕਟਰ ਘੈਂਟ ਆ ਬਾਈ, ਮਿਸਤਰੀ ਵੀ ਉਹਨਾਂ ਘੈਂਟ ਚਾਹੀਦਾ ਇਹਨੂੰ, ਹੈ ਗੱਲ ਕਰੀ। ਹੁਣ ਤਾਂ ਕਿੰਨੇ ਘੰਟੇ ਚੱਲ ਗਿਆ ਹੋਊਗਾ ਇਹ? ਹੁਣ ਤਾਂ ਵੇਖੋ ਇੰਨਾ ਤਾਂ ਕੋਈ ਯਾਦ ਨਹੀਂ ਹੈਗਾ, ਕਿਉਂਕਿ 80 ਤੋਂ ਮਗਰੋਂ ਚੱਲੀ ਗਿਆ ਜੀ, ਕਿਉਂਕਿ ਕੰਮ ਇਹ ਤੋਂ ਬਹੁਤ ਜ਼ਿਆਦਾ ਲਿਆ ਗਿਆ। ਅੰਨੇ ਘੰਟੇ ਚੱਲ ਗਿਆ ਪਹਿਲਾਂ, ਦੋ ਟਰੈਕਟਰ ਹੁੰਦੇ ਸੀ ਤੇ ਜਦੋਂ ਅਸੀਂ ਵੇਖਣਾ ਵੀ ਇਹਨੂੰ ਆਪਾਂ ਉਸ ਤੋਂ ਹਟਾਦਾ ਬੋਰ ਤੋਂ, ਹਾਂਜੀ ਮੋਟਰ ਤੋਂ ਪੱਟ ਲਿਆ ਜਨਰੇਟਰ ਤੋਂ, ਅੱਛਾ ਨਾਲਿਆਂ ਵਾਲੀ ਹਲ ਪਾਉਂਦੇ ਗੱਦੂ ਵਾਸਤੇ, ਅੱਛਾ ਜਿਹਨੂੰ ਕੱਢ ਦੇਣਾ ਬਾਹਰ ਚੱਲ ਭਾਈ। ਅੱਛਾ, ਮਤਲਬ ਇੱਕ ਕੰਮ ਉਠਾ ਲਿਆ ਦੂਸਰੇ ਕੰਮ ਤੋਰਤਾ, ਹਨਾ। ਅੱਜ ਨਾਲੇ ਆਪਾਂ ਟਰੈਕਟਰ ਦਿਖਾ ਦਿੰਦੇ ਆ, ਪਹਿਲਾਂ ਵੈਸੇ ਇਹਨੂੰ ਟਾਇਰ ਛੋਟੇ ਆਉਂਦੇ ਸੀਗੇ ਜੀ, ਪਹਿਲਾਂ ਪਿਛਲੇ ਬਾਈ ਜੀ ਦੇ 13 ਚ ਸੀ, ਹਾਂਜੀ ਮੂਰਲੇ ਹੋਈ 6-16 ਦੇ ਆਉਂਦੇ ਹੁੰਦੇ ਸੀ, ਮੂਰੇ ਮੂਰੇ ਹੋਏ 6-16 ਦੇ, ਠੀਕ ਹੈ। ਇਹਦੇ ਰੈਂਬੋ ਓਰੀਜਨਲ ਨੇ, ਇਹ ਹੈ 7-50-16 ਵਾਲੇ, ਆ ਵੇਖੋ ਵੀ 20 ਗੀਟੇ ਦੇ ਆਪਣੇ 9-16 ਚੜੇ ਹੋਏ ਨੇ, 9-16 ਚੜੇ ਨੇ, 9-16 ਦੇ, ਇਹ ਉਹਨਾਂ ਓਰੀਜਨਲ ਰੈਂਬਾਂ ਜੀ ਆ ਤੇ ਉਦਾਂ ਹੀ ਖੜੇ ਨੇ, ਨਹੀਂ ਆਮ ਅੱਜ ਦੇ ਟਾਈਮ ਦੇ ਵਿੱਚ ਰੈਂਬੋ ਬਦਲਨੇ ਪੈਂਦੇ ਨੇ, ਰੈਂਬੋ ਉਹੀ ਆ ਨਾ, ਉਹੀ ਨੇ, ਕੋਈ ਬੈਂਡ ਨਹੀਂ ਹੋਇਆ, ਕੋਈ ਕੁਛ ਨਹੀਂ, ਰੈਂਬੋ ਬੜੇ ਵਧੀਆ ਨੇ, ਓਰੀਜਨਲ ਇੰਨੇ ਮੋਟੇ ਆ, ਕਹਿੰਦੇ ਆ ਵੀ ਜੇ ਬੰਦਾ ਕਹਿੰਦਾ 400 ਸਾਲ ਵੀ ਇਹ ਖਰਾਬ ਹੋ ਜਾਣ, ਅਸੀਂ ਕਹਿੰਦੇ ਨਹੀਂ ਹੁੰਦੇ। ਤੇ ਬਾਡੀ ਪੱਖੋਂ ਟਰੈਕਟਰ ਸਾਰਾ ਓਰੀਜਨਲ ਆ, ਸਾਰਾ ਓਰੀਜਨਲ ਆ, ਕਿ ਫੈਂਡਰ ਵੀ ਓਰੀਜਨਲ ਆ, ਬੋਨਟ ਵੀ ਓਰੀਜਨਲ ਆ, ਇਹ ਨਹੀਂ ਕਿ ਬਾਈ ਕਿਸੇ ਪਾਸੇ ਜੰਗ ਖਾ ਗਿਆ ਹੋਊਗਾ ਜਾਂ ਕੁਛ ਆ, ਨਹੀਂ ਨਹੀਂ। ਆ ਜਾਓ ਆਪਾਂ, ਹਾਂਜੀ ਬਾਈ ਜੀ ਆਇਆ, ਹਾਂਜੀ ਇਹਨੂੰ 2 ਵਾਰੀ ਅਸੀਂ ਬੋਰ ਕਰਾਇਆਗਾ, ਅੱਛਾ ਪਹਿਲਾਂ ਖੁੱਲੇ ਨਹੀਂ ਟਰੈਕਟਰ, ਅੱਛਾ ਜੀ, ਉਹ ਵੀ ਇੱਕ ਵਾਰੀ ਪਹਿਲਾਂ ਕਰਾਇਆ ਸੀ ਜਿਉਂ ਅਸੀਂ ਲੈ ਗਏ ਜੀ, ਪਹਿਲਾਂ ਜਦੋਂ ਲਿਆਂਦਾ ਉਸੇ ਬੰਦਾ ਫੁੱਲ ਕੰਮ ਕਰਾਇਆ ਸੀ। ਅੱਛਾ, ਆ ਵੀ ਹੁਣ ਬਦਲ ਹੋ ਗਿਆ, ਤੇ ਇਹਦੀ ਲਿਫਟ ਦੀ ਕਪੈਸਿਟੀ ਪਹਿਲਾਂ ਕਿੰਨੀ ਸੀਗੀ ਜੀ? ਪਹਿਲਾਂ ਤਾਂ ਇਹਦੇ ਲਿਫਟ 7 ਸੀਗੀਆਂ ਜੀ, ਆਮ ਮੰਨ ਕੇ ਚਲੋ ਵੀ ਸੈਂਪਲ ਹੀ ਕਹਿ ਸਕਦੇ ਹਾਂ, ਜਿਵੇਂ ਆਪਣੇ ਆਮ ਛੋਟੇ ਟਰੈਕਟਰਾਂ ਦੀਆਂ ਸੀਗੀਆਂ, ਹਾਂਜੀ ਹਾਂਜੀ ਹਾਂਜੀ, ਉਸੇ ਤਰ੍ਹਾਂ ਹੀ ਸੀ। ਅੱਛਾ, ਮਗਰ ਪਟਾ ਹੁੰਦਾ ਜੀ, ਹਾਂਜੀ ਠੀਕ ਹੈ ਜੀ। ਹੁਣ ਇਹ ਸੇਮ ਸੋਨਾ ਲਿਕਾ ਹੀ ਹੈ, ਹਾਂਜੀ। ਹੁਣ ਕਪੈਸਿਟੀ ਕਿੰਨੀ ਹੋ ਗਈ ਫਿਰ ਇਹਦੀ? ਕੰਪੈਸਟੀ ਯਾਰ ਇੰਨਾ ਤਾਂ ਆਪਾਂ ਖਿਆਲ ਨਹੀਂ ਕੀਤਾ ਵੀਰੇ, ਕਿੰਨਾ ਕੁ ਕੰਪੈਸਟੀ ਆਉਂ, ਜਿਵੇਂ ਹੁਣ ਤੁਸੀਂ ਮੰਨ ਕੇ ਚੱਲੋ ਵੀ ਆਪਾਂ ਉਹ ਚੁਕਾਉਣੇ ਹੈਗੇ ਹੈਪੀ ਸੀਡਰ ਚੁਕਾਉਣੇ ਆ, ਹਾਂਜੀ ਸਮੇਤ ਬੀ ਵਗੈਰਾ ਆਰਾਮਦਾਰੀ ਨਾਲ ਚੱਕੀ ਜਾਂਦਾ ਸਰੋਂ ਤੇ, ਕਿ ਮਤਲਬ ਅੱਜ ਤੱਕ ਅਲਾਂਭਾ ਨਹੀਂ ਆਇਆ ਕਿ ਐ ਨਹੀਂ ਲੱਗਿਆ ਕਿ ਬਈ ਕਪੈਸਿਟੀ ਘੱਟ ਆ, ਹਨਾ। ਜਿੰਨਾ ਕੰਮ ਚਾਹੀਦਾ ਉਹਨਾਂ ਦੇ ਹੀ ਜਾਂਦਾ ਟਰੈਕਟਰ ਇਹ, ਤੇ ਜਿਵੇਂ ਆਪਾਂ ਗੱਲ ਕਰਦੇ ਹਾਂ ਬਾਪੂ ਜੀ, ਜੇ ਇਹ ਟਰੈਕਟਰ ਆ ਇਹਦੇ ਨਾਲ ਦਾ ਮੰਨ ਲਓ, ਕਿਉਂਕਿ ਇੰਨਾ ਸਾਫ ਤਾਂ ਮੈਨੂੰ ਲੱਗਦਾ ਨਹੀਂ ਕਿ ਸ਼ਾਇਦ ਕਿਸੇ ਦੇ ਘਰੇ ਖੜਿਆ ਹੋਵੇ ਜਾਂ ਹੋ ਸਕਦਾ ਹੋਵੇ, ਤੇ ਜਦੋਂ ਆਪਾਂ ਇਹਦੇ ਨਾਲ ਦਾ ਟਰੈਕਟਰ ਕਿਤੇ ਮੰਡੀ 'ਚ ਲੈਣ ਜਾਂਦੇ ਹਾਂ, ਲੱਗਦਾ ਕਿ ਯਾਰ ਇੰਨੀ ਕੁ ਤਾਂ ਮਿਲ ਜੂ, ਕਿੰਨਾ ਕੁ ਅੰਦਾਜ਼ਾ ਹੋ ਸਕਦਾ ਬਾਈ ਜੀ? ਜਿਹੜੇ ਬੰਦੇ ਨੇ ਰੱਖਿਆ ਹੋਵੇ ਦੰਦਾ ਨਹੀਂ ਕਿਸੇ ਨੂੰ, ਆਹਾ ਅੱਛਾ, ਤੇ ਜਿਹਨੂੰ ਮਤਲਬ ਐਂ ਹੋਇਆ ਜਿਵੇਂ ਤੁਸੀਂ ਕਹਿੰਦੇ ਕੁਆੜ ਬਣਾਇਆ, ਕੋਈ ਕੁਆੜ ਦੇ ਮੁੜੀ, ਤੁਸੀਂ ਘੱਟ ਤੋਂ ਘੱਟ ਕਿੰਨੇ ਮੁੱਲ 'ਚ ਵਿਕਦਾ ਦੇਖਿਆ ਇਹ ਟਰੈਕਟਰ ਹੁਣ ਤੱਕ? ਅਸੀਂ ਤਾਂ ਬਾਈ ਜੀ ਇਹ 1-2 ਲੱਖ ਰੁਪਏ ਦੇ ਘੇਰੇ 'ਚ ਵੇਖਦਾ ਦੇਖਿਆ, ਜਿਹੜੇ ਆਪਦੇ ਹਿੱਸਿਆਂ ਹੁੱਸਿਆਂ 'ਚ ਹੁੰਦੇ ਸੀਗੇ, ਹਾਂਜੀ। ਤੇ ਜਿਵੇਂ ਹੁਣ ਬਾਕੀ ਆਪਦੀ ਬੰਦੇ ਦੀ ਮਤਲਬ ਕਿ ਵੀ ਚੀਜ਼ ਹੁੰਦੀ ਹੈ, ਕੋਈ ਬੰਦੇ ਇਹਨਾਂ ਨੂੰ ਵੇਚਦੇ ਨਹੀਂ, ਹੁਣ ਜੇ ਆਪਾਂ ਨੂੰ ਆਪਣੇ ਦੀ ਲਾ ਲਓ, ਆਪਾਂ ਨੂੰ ਕੋਈ ਕਹਿ ਦੇ ਵੀ ਮੈਂ ਇਹਦਾ 50 ਲੱਖ ਦਿੰਦਾ, ਆਪਾਂ ਤਾਂ ਵੀ ਨਹੀਂ ਦਿੰਦੇ, ਠੀਕ ਹੈ ਨਾ? ਉਹ ਤਾਂ ਅਗਲੇ 'ਤੇ ਡਿਪੈਂਡ ਹੈ ਨਾ, ਜਿਹਨੇ ਹੁਣ ਮੰਗਰੂ ਹੀ ਲਾਉਣਾ ਉਹ ਤਾਂ 1-2 ਲੱਖ 'ਚ ਹੀ ਵੇਚ ਦੂਗਾ, ਅਤੇ ਨਹੀਂ ਅਗਲਾ ਜਮਾਂ ਹੀ ਨਹੀਂ ਵੇਚਦਾ। ਅਤੇ ਜੇ ਮੰਨ ਲਓ ਕਹਿ ਦਈਏ ਸਾਨੂੰ ਅੱਜ ਕਰਲਾਸ਼ਕਰ ਮਿਲ ਜਾਏ ਇਹਦੇ ਨਾਲ ਦਾ ਕਿਤੇ ਖੜਾ ਸਾਫ਼ ਸੁਥਰੀ ਹਾਲਤ ਦਾ, ਲੱਗਦਾ ਕਿ ਯਾਰ ਇੰਨੇ ਕੁ ਤਾਂ ਮਿਲ ਜੂਗਾ, ਬਸ ਉਹ 1-2 ਲੱਖ ਵਾਲੀ ਗੇਮ ਹੈ ਨਾ, ਹਾਂਜੀ ਵਧੀਆ, ਵੱਧ ਨਹੀਂ ਵਧੀਆ ਸਾਫ਼ ਸੁਥਰੀ ਹਾਲਤ ਵਾਲਾ, ਠੀਕ ਹੈ ਜੀ। ਜੇ ਕਿਸੇ ਨੇ ਲੈਣਾ ਉਹਨੂੰ ਪਹਿਲਾਂ ਹੀ ਦੱਸ ਦਈਏ ਕਿ ਬਾਈ ਜੀ ਕਿ ਆਹ ਛੋਟੇ ਮੋਟੇ ਅਲਾਂਬੇ ਹੈਗੇ ਨੇ ਟਰੈਕਟਰ ਤੋਂ, ਬਾਕੀ ਪਾਸਿਓਂ ਸਿਰ ਆਇਆ, ਹਾਂਜੀ ਹਾਂ, ਟਰੈਕਟਰ 1-2 ਲੱਖ ਦਾ ਮਿਲ ਜੂ, ਜੇ ਇਹਦੇ ਬਰਾਬਰ ਤੇ ਲੈ ਕੇ ਆਉਣਾ ਹੋਇਆ ਵੀ ਆਹੀ ਆਪਾਂ ਪ੍ਰੋਜੈਕਟ ਤਿਆਰ ਕਰਨਾ ਹੋਇਆ, ਕਿੰਨੇ ਲਾਤੇ ਬਾਈ ਜੀ? 4.5 ਲੱਖ ਰੁਪਇਆ ਮੰਨ ਕੇ ਚੱਲਿਓ, ਸਾਡੇ ਇਹਦੇ ਕਿੰਨੇ ਲਾਤੇ ਹੁਣ ਤੱਕ? ਇਹਦੇ ਤੇ 3.5-3.5 ਲੱਖ ਰੁਪਇਆ ਤਾਂ ਇਹ ਤੋਂ ਪਹਿਲਾਂ ਲੱਗ ਚੁੱਕਿਆ ਬਾਈ ਜੀ, 3.5-3.5 ਲੱਖ ਰੁਪਇਆ ਵਿੱਚ ਆਹ ਛਤਰੀ ਸਿਸਟਮ ਸਾਰਾ ਕੁਝ ਪਾ ਕੇ, ਟਾਇਰ ਟੂਰ ਵਿੱਚ ਪਾ ਕੇ, ਕਿਉਂਕਿ ਟਾਇਰ ਟੱਪਾ ਤਕਰੀਬਨ ਨਵਾਂ ਹੀ ਆ ਟਰੈਕਟਰ ਤੇ, ਨਵਾਂ ਹੀ ਇਹਨੂੰ ਕਿੰਨਾ ਕੁ ਟਾਈਮ ਤਾਂ ਹੋ ਗਿਆ ਉਹਦਾ ਹੁਣ ਤੱਕ ਚੇਂਜ ਕਰਾਏ ਨੂੰ? ਇਹਨੂੰ ਜਿਹੜਾ, ਹਾਂਜੀ ਆਪਾਂ ਹਿੱਸੇ ਦੀ ਗੱਲ ਕਰਦੇ ਹਾਂ ਸਾਰਾ, ਹਾਂਜੀ ਇਹ ਹੋ ਗਿਆ ਜੀ 1 ਸਾਲ ਕੀ ਮੰਨ ਕੇ ਚੱਲੋ ਹੋ ਗਿਆ। ਅੱਛਾ, ਹਜੇ 1 ਸਾਲ ਹੋ ਗਿਆ, ਇਹ ਨਹੀਂ ਕੋਈ ਪ੍ਰੋਬਲਮ ਆਈ ਹੋ? ਨਹੀਂ, ਸਾਲ ਵੀ ਨਹੀਂ ਹੋਇਆ ਹਜੇ, 2 ਸੀਜ਼ਨ ਲਾਤੇ ਆ ਜੀ, 2 ਸੀਜ਼ਨ ਲੱਗ ਗਿਆ। ਪਹਿਲਾਂ ਦਾ ਵੀ ਜਿਹੜੀਆਂ ਕਣਕਾਂ ਸੀਗੀਆਂ, ਹਾਂਜੀ ਤੂੜੀ ਆ ਕਣਕਾਂ ਦੀ ਵਢਾਈ ਚੱਲ ਪਈ ਸੀ, ਠੀਕ ਹੈ ਜੀ, ਤੇ ਇਹ ਉੱਥੋਂ ਲੈ ਕੇ ਆਂਦਾ। ਅੱਛਾ, ਹਜੇ ਸਾਲ ਮਤਲਬ ਪੂਰਾ ਹੋਇਆ ਨਹੀਂ ਹਜੇ? ਪੂਰਾ ਸਾਲ, ਸਾਲ ਲਿਆ ਕੇ ਇਹਨੂੰ ਮੰਨ ਲਾ ਗੱਲ ਵੀ ਤੂੜੀ ਵਾਲੀ ਮਸ਼ੀਨ ਤੇ ਲਾ ਕੇ ਦੇਖਿਆ। ਅੱਛਾ, ਪਹਿਲਾਂ ਲਿਆਉਂਦੇ ਨੇ ਇਹ? ਹਾਂ ਲਿਆਉਂਦੇ ਨੇ, ਤੂੜੀ ਵਾਲੀ ਤੇ ਸਾਡੀ ਆਪਦੀ ਆ, ਹਾਂਜੀ ਸੋਨਾਲੀਕਾ
ਲੰਘੇ ਨੇ ਉਹਦੇ ਚ ਆਪਣੇ ਮਤਲਬ ਕਿ ਕੋਈ ਪ੍ਰੋਬਲਮ ਨਹੀਂ ਤਾਂ ਹੁਣ ਇਦੋਂ ਬਾਅਦ ਚ ਆਉਂਦੀ ਵੀ ਨਹੀਂ ਇਦੋਂ ਬਾਅਦ ਆਉਂਦੀ ਨਹੀਂ ਮਤਲਬ ਟਰੈਕਟਰ ਜਿੰਨੇ ਸਾਲ ਆਪਣੇ ਕੋਲੇ ਰਹਿ ਗਿਆ ਮੈਨੂੰ ਲੱਗਦਾ ਇੰਨੇ ਹੋਰ ਸਾਲ ਕੱਢੂਗਾ ਹਲੇ ਹੈ ਲੱਗਦਾ ਹਾਂਜੀ ਬਿਲਕੁਲ ਕੱਢੂਗਾ ਕਿ ਜਿੰਨਾ ਸ਼ੌਂਕ ਤੁਹਾਨੂੰ ਇਹਦਾ ਸੀਗਾ ਹਾਂਜੀ ਮੁੰਡਿਆਂ ਨੂੰ ਵੀ ਹੈਗਾ ਬਿਲਕੁਲ ਹੂੰ ਬਿਲਕੁਲ ਚਲਾਉਂਦੇ ਆ ਹਾਂਜੀ खेती नाल ट्रैक्टरां नाल मतलब ऐ खेती नाल ट्रैक्टर नाल प्यार बाला आ ना अच्छा फिर तैयार कराने की रीत भी बाई दी सारी आ हां जी हां लो जी तैयार कराने की रीत भी बाई थोड़ी पूरी हो गई ते वीडियो बनाने वाली भी हो गई ते बाकी आस करदे आ जेड़े वीरां ने ट्रैक्टर हुण तक शायद देखिया चलाया ਉਹਨਾਂ ਵੀਰਾਂ ਨੂੰ ਵੀਡੀਓ ਪਸੰਦ ਆਈ ਹੋਊਗੀ ਤੇ ਤੁਹਾਨੂੰ ਵੀ ਸਾਡੇ ਨਾਲ ਬਾਈ ਜੀ ਗੱਲਾਂ ਬਾਤਾਂ ਕਰਕੇ ਵਧੀਆ ਲੱਗਿਆ ਹੋਊਗਾ ਸਮਾਂ ਦੇਣ ਲਈ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ